ਪਦਾਰਥ ਜਗਤ ਦੀ ਸ਼ਕਤੀ ਦਾ ਸਰੂਪ ਅਤੇ ਉਪਯੋਗ ਸਮਝਣ ਦੀ ਵਿੱਦਿਆ ਨੂੰ ਵਿਗਿਆਨ ਕਹਿੰਦੇ ਹਨ ਅਤੇ ਚੇਤਨਾ ਨੂੰ ਪ੍ਰਗਤੀ ਅਤੇ ਪ੍ਰਸੰਤਾ ਪ੍ਰਦਾਨ ਕਰਨ ਵਾਲੀ ਵਿੱਦਿਆ ਨੂੰ ਅਧਿਆਤਮ ਕਹਿੰਦੇ ਹਨ ਦੋਨਾਂ ਦੇ ਤਾਲਮੇਲ ਤੋਂ ਵਿਕਸਤ ਚੇਤਨਾ ਨੂੰ ਵਿਵੇਕ ਕਹਿੰਦੇ ਹਨ ਪੰਡਿਤ ਸ਼੍ਰੀ ਰਾਮ ਸ਼ਰਮਾ ਆਚਾਰ્ય ਪੁਸਤਕ ਦਾ ਨਾਮ ਅਧਿਆਤਮ ਅਤੇ ਵਿਗਿਆਨ ਦੇ ਤਾਲਮੇਲ ਦੀ ਖੋਜ ਪ੍ਰਕਿਰਿਆ ਪੁਸਤਕ ਦੀ ਜਾਣਕਾਰੀ ਮਨੁੱਖ ਨੂੰ ਅਧਿਆਤਮ ਅਤੇ ਵਿਗਿਆਨ ਦੋਨਾਂ ਖੇਤਰਾਂ ਵਿੱਚ ਤਾਲਮੇਲ ਬਿਠਾਉਣਾ ਪੈਂਦਾ ਹੈ। ਜੀਵਨ ਨੂੰ ਸੁਖੀ ਬਣਾਈ ਰੱਖਣ ਵਿੱਚ ਦੋਵਾਂ ਦੀ ਬਰਾਬਰ ਜ਼ਰੂਰਤ ਪੈਂਦੀ ਹੈ। ਵਰਤਮਾਨ ਵਿੱਚ ਦੋਹਾਂ ਸ਼ਕਤੀਆਂ ਦੇ ਅਸਹਿਯੋਗ ਦਾ ਹੀ ਨਤੀਜਾ ਹੈ ਮਨੁੱਖੀ ਉਥਲ-ਪੁਥਲ। ਇਹੀ ਕਾਰਨ ਹੈ ਕਿ ਵਿਅਕਤੀ ਨਾਸਤਿਕ ਹੀ ਨਹੀਂ ਅਨੈਤਿਕ ਵੀ ਬੰਦਾ ਜਾ ਰਿਹਾ ਹੈ। ਵਿਗਿਆਨ ਨੇ ਆਰਥਿਕ ਤਰੱਕੀ ਤਾਂ ਦਿੱਤੀ ਹੈ ਪਰ ਚੇਤਨਾ ਦੇ ਪੱਧਰ ਤੇ ਮਨੁੱਖ ਨੂੰ ਵਿਗਾੜ ਦਿੱਤਾ ਹੈ। ਵਰਤਮਾਨ ਦੀ ਜ਼ਰੂਰਤ ਹੈ ਕਿ ਵਿਗਿਆਨ ਅਤੇ ਅਧਿਆਤਮ ਦਾ ਚੰਗਾ ਤਾਲਮੇਲ ਹੋਣਾ ਚਾਹੀਦਾ ਹੈ ਜਿਸ ਦੇ ਆਧਾਰ ਤੇ ਵਿਅਕਤੀ ਦਾ ਗੌਰਵ ਅਤੇ ਸਮਾਜ ਦੀ ਵਿਵਸਥਾ ਨੂੰ ਉੱਚ ਪੱਧਰੀ ਬਣਾਇਆ ਜਾ ਸਕੇ ਮਾਨਵੀ ਚੇਤਨਾ ਨਾਲ ਜੁੜੇ ਸਾਰੇ ਪਹਿਲੂਆਂ ਦੀ ਸ਼ੋਧ ਲਈ ਲੇਖਕ ਨੇ ਹਰੀਦੁਵਾਰ ਵਿੱਚ ਬ੍ਰਹਮਵਰਚਸ ਸ਼ੋਧ ਕੇਂਦਰ ਦੀ ਸਥਾਪਨਾ ਕੀਤੀ ਜਿਸ ਦੇ ਅਧੀਨ ਪੁਰਾਤਨ ਸਤਰ ਦੇ ਸਾਰੇ ਲੋੜਿੰਦੇ ਉਪਕਰਨਾ ਤੋਂ ਲੈਸ ਇੱਕ ਵੈਦਸ਼ਾਲਾ ਹੈ ਇਸ ਵਿੱਚ ਵਿਅਕਤੀ ਦਾ ਗੌਰਵ ਗરિਮਾ ਤੇ ਸਮਾਜ ਦੀ ਵਿਵਸਥਾ ਨੂੰ ਉੱਚ ਪੱਧਰੀ ਉੱਚ ਪੱਧਰੀ ਬਣਾਉਣ ਅਤੇ ਵਿਗਿਆਨ ਅਤੇ ਅਧਿਆਤਮ ਵਿੱਚ ਤਾਲਮੇਲ ਉਠਾਉਣ ਦੇ ਲਈ ਬ੍ਰह्मਵਰਚਸ ਨਿਰੰਤਰ ਖੋਜ ਵਿੱਚ ਲੱਗਿਆ ਹੈ ਤੁਹਾਡੇ ਸਾਹਮਣੇ ਪੇਸ਼ ਹੈ ਇਹ ਪੁਸਤਕ ਜੋ ਅਧਿਆਤਮ ਅਤੇ ਵਿਗਿਆਨ ਦੀ ਖੋਜ ਪ੍ਰਕਿਰਿਆ ਤੋਂ ਜਾਣੂ ਕਰਵਾਉਂਦੀ ਹੈ ਅਤੇ ਇਸ ਗੱਲ ਤੇ ਜ਼ੋਰ ਦਿੰਦੀ ਹੈ ਕਿ ਅੱਜ ਜ਼ਰੂਰੀ ਹੋ ਗਿਆ ਹੈ ਕਿ ਉੱਤਮਤਾ ਦੀਨਾਂ ਨੂੰ ਤੱਥ ਅਤੇ ਪਰਮਾਨ ਦੇ ਆਧਾਰ ਤੇ ਵਿਗਿਆਨ ਦੀ कसोटी ਤੇ ਖਰਾ ਸਿੱਧ ਕਰਕੇ ਸਮਾ ਰਹੰਦੇ ਅਨੈਤਿਕਤਾ ਤੋਂ ਮਨੁੱਖੀ ਗੌਰਵ ਨੂੰ ਬਚਾ ਲਿਆ ਜਾਵੇ पुस्तक ਦੇ ਕੁਝ ਜਾਂਸ਼ ਮਨੁੱਖੀ ਸਰੀਰ ਅਤੇ ਮਸਤਕ ਅਜਿਹੇ ਕੁਦਰਤ ਦੇ ਬਣਾਏ ਯੰਤਰ ਹਨ ਜਿਨ੍ਹਾਂ ਵਿੱਚ ਮਨੁੱਖ ਰਾਹੀਂ ਬਣਾਏ ਗਏ ਸਾਰੇ ਯੰਤਰ ਦੀ ਸਮਰਥਾ ਦੂਧ ਹੈ ਸੁੱਖਮ ਸਰੀਰ ਦੀਆਂ ਬਹੁਤ ਸਾਰੀਆਂ ਰਹੱਸਮਈ ਪਰਤਾਂ ਹਨ ਕਿ ਜਿਨ੍ਹਾਂ ਦੇ ਨਾਲ ਮਿਲ ਕੇ ਪ੍ਰਕਿਰਤੀ ਦੇ ਸਾਰੇ ਭੇਦਾਂ ਨੂੰ ਸਮਝਣਾ ਅਤੇ ਸ਼ਕਤੀਆਂ ਨੂੰ ਉਚਿਤ ਮਾਤਰਾ ਵਿੱਚ ਵਰਤੋਂ ਕਰਨ ਦਾ ਸੰਯੋਗ ਬਣ ਸਕੇ ਪੰਚਕੋਸ਼ ਗ੍ਰੰਥੀ ਸਮੂਹ ਅਲੋਕਿਕ ਨਾੜੀਆਂ ਪ੍ਰਾਨ ਪ੍ਰਵਾਹ ਸਹਸਤਰਾਰ ਮੂਲਾ ਤਾਰ ਸ਼ੁਸ਼ਮਣਾ ਕੁੰਡਲਿਨੀ ਕੇਂਦਰ ਆਦਿ ਕਿੰਨੇ ਭੰਡਾਰ ਅਜਿਹੇ ਹਨ ਜਿਨ੍ਹਾਂ ਦਾ ਅਭਿਆਸ ਅਤੇ ਅਨੁਭਵ ਹੋਣ ਤੇ ਸਧਾਰਨ ਮਨੁੱਖ ਵਿਸ਼ੇਸ਼ ਦਿਵਯ ਸ਼ਕਤੀਆਂ ਅਤੇ ਚਮਤਕਾਰੀ ਅਗੋਚਰ ਇੰਦਰੀ ਸ਼ਕਤੀਆਂ ਨਾਲ ਭਰਪੂਰ ਹੋ ਸਕਦਾ ਹੈ। ਦੇਵ ਸੰਸਕ੍ਰਿਤੀ ਦੇ ਦੋ ਆਧਾਰ ਹਨ ਇੱਕ ਗਾਇਤਰੀ ਦੂਜਾ ਯਗ ਗਾਇਤਰੀ ਦੇ 24 ਵੀ ਅੱਖਰਾਂ ਵਿੱਚ ਸਰੀਰ ਦੀਆਂ ਰਹੱਸਮਈ ਪਤਨਾਂ ਨੂੰ ਉਭਾਰਨ ਦੀ ਵਿਸ਼ੇਸ਼ ਛਮਤਾ ਹੈ। ਇਸ ਬ੍ਰਹਮਾਣ ਵਿੱਚ ਅधिक ਜੀਵਾਂ ਦਾ ਵੀ ਇੱਕ ਸਮੂਹ ਮੌਜੂਦ ਹੈ। ਜਿਨ੍ਹਾਂ ਨੂੰ ਦੇਵਾਤਮਾ ਪ੍ਰੇਤਾਤਮਾ ਆਦਿ ਨਾਵਾਂ ਤੋਂ ਜਾਣਿਆ ਜਾਂਦਾ ਹੈ ਮਨੁੱਖਾ ਦੇ ਨਾਲ ਹੋਣ ਵਾਲੇ ਉਹਨਾਂ ਦੇ ਵਿਵਹਾਰ ਵੀ ਸ਼ੋਧ ਦਾ ਵਿਸ਼ੇ ਹਨ